ਨਵਾਂਗੀ ਜਿਹਦੀ ਫਰਮਾਇਸ਼ ਦੋਸਤਾਂ ਨੇ ਸਾਹਮਣੇ ਕੀਤੀ, ਅੱਲਾ ਤਾਲਾ ਗੌਰ ਨਾਲ ਸੁਣਨਾ, ਇਹ ਅਸੀਂ ਰਿਕਾਰਡ ਕਰਾ ਰਹੇ ਹਾਂ ਕਿ ਉਹ ਬਿੱਲੂ ਹੁਣ ਨੂੰ ਜੇ ਉਹਨਾਂ ਦਾ ਤਾਂ ਮਰ ਜਾਂਦਾ, ਗਲੀ ਦੇ ਵਾਂਗੂ ਖੜ ਜਾਂਦਾ ਪਾਸੇ ਪਤਾ ਨੀ ਕੀ ਸੱਪ ਨਿਕਲਿਆ ਹੋਇਆ। ਮੈਂ ਬੇਨਤੀ ਕਰਦਾ ਵੀ ਸਾਰੇ ਚੰਗੀ ਤਰ੍ਹਾਂ ਬੈਠੇ ਹੋਏ ਆ, ਬਾਹਰੋਂ ਆਏ ਤਾਂ ਬੰਦੇ ਹੀ ਆ, ਸਾਰੇ ਸੱਜਣਾਂ ਦਾ ਧਿਆਨ ਉਧਰ ਹੈ, ਇਹ ਪਿੱਛੇ ਹਰ ਕੇ ਜਰਾ ਧਿਆਨ ਨਾਲ ਖੜ ਜਾਣ ਤਾਂ ਕਿ ਸਾਰੇ ਪ੍ਰੋਗਰਾਮ ਠੀਕ ਤਰ੍ਹਾਂ ਨਾਲ ਸੁਣ ਸਕੋ। ਆ ਬੇਟਾ ਤੇਰੇ ਯਾਰ ਕੁੜੇ ਮੈਨੂੰ
ਤੇਰੇ ਪਿੱਛੇ ਮੇਰੇ ਨਾਲ ਨੀ ਲੜਨ ਕਰ ਲੈ ਬੇਬੇ ਬਾਪੂ ਤਾਈ ਕਹਿੰਦੀ ਇਹਦਾ ਲਿਆ ਕਰ ਦੇ ਉਹ ਵੱਢ ਕੱਟ ਆਖੀਆਂ ਸੀ ਵੱਡੀ ਪਰ ਜਾਈ ਨੇ ਮੈਂ ਇੱਕ ਨੀ ਸੋਹਣੀਏ ਤੈ ਦੱਕਿਆ ਲੀ ਤੁਸੀਂ ਕੁੜੀਆਂ ਨਾਲ ਕੁਝ ਨੀ ਦਬਾਲੋ ਕਹਿ ਦੱਕਿਆ ਤੁਸੀਂ ਕੁੜੀਆਂ ਵਾਲਿਆਂ ਸਕਿਆ ਨੇ ਤੁਸੀਂ ਕੁੜੀਆਂ ਵਾਲਿਆਂ